ਕਹਿੰਦੇ ਨੇ ਕਿ ਜਿਨ੍ਹਾਂ ਦੇ ਹੌਸਲਿਆਂ ਦੇ ਖੰਭ ਵੱਡੇ ਹੁੰਦੇ ਨੇ ਉਹਨਾਂ ਲਈ ਅਸਮਾਨ ਨੂੰ ਨਾਪਣਾ ਵੀ ਕੋਈ ਖਾਸ ਗੱਲ ਨਹੀਂ ਹੁੰਦਾ। ਇਹੋ ਜਿਹਾ ਕੁਛ ਕਰਕੇ ਵਿਖਾਇਆ ਹੈ ਫਰੀਦਕੋਟ ਦੇ ਪਿੰਡ ਚੱਖੜਵਾਲੇ ਦੀ ਰਹਿਣ ਵਾਲੀ ਲੜਕੀ ਜਸ਼ਨਪ੍ਰੀਤ ਨੇ, ਜੋ ਕਿ ਸ਼ੁਰੂ ਤੋਂ ਕ੍ਰਿਕਟ ਖੇਡਦੀ ਹੈ ਅਤੇ ਹੁਣ ਉਹਦਾ ਸਿਲੈਕਸ਼ਨ ਹੋਇਆ ਹੈ PCA ਵਿੱਚ। ਸੁਪਨੇ ਨੇ ਇੰਡੀਆ ਟੀਮ ਦਾ ਮੁੱਖ ਖਿਡਾਰੀ ਬਣਨ ਦੇ ਅਤੇ ਆਲਰਾਊਂਡਰ ਲੜਕੀ ਹੈ। ਆਓ ਜਾਣਦੇ ਹਾਂ ਸਿਲੈਕਸ਼ਨ ਤੋਂ ਬਾਅਦ ਹੁਣ ਅਗਲਾ ਕੀ ਕੁਛ ਸੋਚਿਆ ਹੈ ਜਸ਼ਨਪ੍ਰੀਤ ਨੇ। ਤਾਂ ਉਹ ਕਿਸਾਨ ਦੀ ਧੀ ਜਸ਼ਨਪ੍ਰੀਤ ਸਾਡੇ ਨਾਲ ਮੌਜੂਦ ਹੈ। ਜਸ਼ਨਪ੍ਰੀਤ, ਸਭ ਤੋਂ ਪਹਿਲੇ ਮੁਬਾਰਕਾਂ ਤੁਹਾਨੂੰ, ਬੜੀ ਵੱਡੀ ਬੁਲੰਦੀਆਂ ਨੂੰ ਚੁਣ ਜਾ ਰਹੇ ਹੋ। ਜਾਣਨਾ ਚਾਹਾਂਗੇ ਸ਼ੁਰੂਆਤ ਕਿੱਥੋਂ ਹੋਈ ਹੈ ਇਸ ਗੇਮ ਪ੍ਰਤੀ। ਦੱਸਿਆ ਜਾ ਰਿਹਾ ਕਿ ਕਾਫੀ ਗ੍ਰਾਮੀਣ ਇਲਾਕੇ ਤੋਂ ਤੁਸੀਂ ਹੋ, ਪਰਿਵਾਰ ਤੁਹਾਡਾ ਸਾਰਾ ਖੇਤੀ ਨਾਲ ਜੁੜਿਆ ਹੋਇਆ। ਹਾਂਜੀ, ਅਸੀਂ ਇੱਕ ਪਿੰਡ ਚੱਖੜਵਾਲਾ ਤੋਂ ਬਿਲੋਂਗ ਕਰਦੇ ਹਾਂ। ਮੈਂ ਜਦ ਛੋਟੀ ਹੁੰਦੀ ਸੀ ਤਾਂ ਮੇਰੇ ਚਾਚਾ ਜੀ ਉਹਨੀ ਕ੍ਰਿਕਟ ਖੇਡਦੇ ਹੁੰਦੇ ਸੀ, ਤਾਂ ਉਹਨਾਂ ਨੇ ਮੈਨੂੰ ਵਿੱਚ ਖੇਡਣਾ ਸਿਖਾਇਆ। ਅਤੇ ਹੌਲੀ ਹੌਲੀ ਜਦ ਮੈਂ 10th ਦੇ ਵਿੱਚ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਲੜਕੀਆਂ ਵੀ ਕ੍ਰਿਕਟ ਖੇਡਦੀਆਂ ਨੇ। ਫਿਰ ਦਸ਼ਮੇਸ਼ ਸਕੂਲ ਦੇ ਵਿੱਚ ਮੈਂ ਪੜ੍ਹਨ ਲੱਗੀ, ਉੱਥੇ ਮੈਨੂੰ ਕੋਚਿਸ ਮਾਨਸਰ ਅਤੇ ਪੁਨੀਤ ਸਰ ਮਿਲੇ, ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਕ੍ਰਿਕਟ ਪ੍ਰੈਕਟਿਸ ਕਰਵਾਈ ਅਤੇ ਉੱਥੋਂ ਮੇਰਾ ਹੋਰ ਵੀ ਇੰਟਰਸਟ ਕ੍ਰਿਕਟ ਦੇ ਵਿੱਚ ਪੈਦਾ ਹੋਇਆ। ਗਰਾਊਂਡ ਦੀ ਪ੍ਰੈਕਟਿਸ ਦੀ ਗੱਲ ਕਰਦੇ ਹਾਂ, ਪ੍ਰੈਕਟਿਸ ਕਿਸ ਤਰੀਕੇ ਨਾਲ? ਦੱਸਿਆ ਜਾ ਰਿਹਾ ਕਿ ਤੁਸੀਂ ਪਿੰਡ ਛੱਡ ਕੇ ਹੁਣ ਸਿਰਫ ਗੇਮ ਲਈ ਆਪਣੇ ਫਾਦਰ ਸਾਹਿਬ ਨਾਲ ਇੱਥੇ ਰਹਿ ਰਹੇ ਹੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਫਾਦਰ ਸਾਹਿਬ ਦੇ ਥੈਂਕ ਯੂ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿੰਨਾ ਸੁਪਨਾ ਮੇਰਾ ਇੰਡੀਆ ਟੀਮ ਨੂੰ ਰੀਪ੍ਰਜੈਂਟ ਕਰਨਾ, ਉਸ ਤੋਂ ਵੱਡਾ ਸੁਪਨਾ ਉਹਨਾਂ ਦਾ, ਅਤੇ ਮੈਂ ਉਹਨਾਂ ਦਾ ਹੀ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ। ਅਤੇ ਇੱਥੇ ਅਸੀਂ ਪ੍ਰੈਕਟਿਸ ਕਰਦੇ ਹਾਂ, ਸੁਬਹਾ ਸਾਡੀ ਫਿਟਨੈਸ ਸੈਸ਼ਨ ਲੱਗਦਾ ਹੁੰਦਾ ਅਤੇ ਸ਼ਾਮ ਨੂੰ ਅਸੀਂ  3-4 ਘੰਟੇ ਲਗਾਤਾਰ ਬੈਟਿੰਗ ਬੋਲਿੰਗ ਦੀ ਡਰਿਲਸ ਵਗੈਰਾ ਕਰਦੇ ਹਾਂ। ਘਰ ਵਿੱਚ ਕੌਣ ਕੌਣ ਹੈ ਜੋ ਤੁਹਾਨੂੰ ਸਪੋਰਟ ਕਰ ਰਹੇ ਹੈ? ਬੇਸ਼ੱਕ ਤੁਹਾਡੇ ਮਦਰ ਸਾਹਿਬ ਦੀ ਗੱਲ, ਮਦਰ ਦੀ ਗੱਲ ਕਰੀਏ, ਕੌਣ ਕੌਣ ਫੈਮਿਲੀ ਵਿੱਚ ਹੈ? ਐਕਚੁਲੀ ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਦਾਦਾ ਜੀ ਦਾਦੀ ਜੀ ਵੀ ਬਹੁਤ ਸਪੋਰਟ ਕਰਦੇ ਨੇ, ਅਤੇ ਮੇਰੇ ਚਾਚਾ ਜੀ ਹੋਰੀ ਵੀ ਮਤਲਬ ਐਜ਼ ਅ ਫਾਦਰ ਹੀ ਮੇਰੀ ਪ੍ਰੋਟੈਕਸ਼ਨ ਕਰਦੇ ਹੈਗੇ ਅਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਸਾਰੇ ਜਾਣੇ ਕਹਿੰਦੇ ਆ ਕਿ ਮਤਲਬ ਕਿ ਜੇ ਤੂੰ ਖੇਡਣਾ ਚਾਹੁੰਦੀ ਹੈ ਤਾਂ ਖੇਡ, ਬਾਕੀ ਅਸੀਂ ਸਾਰੀ ਤੇਰੀ ਟੈਨਸ਼ਨ ਲਵਾਂਗੇ। ਕਰਦੇ ਨੇ ਇੰਝ ਨਹੀਂ ਕਿਹਾ ਵੀ ਲੜਕੀ ਹੈ, ਮੁੰਡਿਆਂ ਵਾਲੀ ਗੇਮ ਹੈ ਕ੍ਰਿਕਟ, ਜਿਸ ਤਰੀਕੇ ਨਾਲ ਆਪਣੇ ਲੋਕਾਂ ਦੀ ਸੋਚ ਹੁੰਦੀ ਹੈ? ਕਰਦੇ ਨੇ ਸ਼ੁਰੂਆਤ 'ਚ ਕਿਹਾ ਨਹੀਂ ਕਿ ਵੀ ਤੁਸੀਂ ਲੜਕੀ ਹੋ ਕੇ ਲੜਕੀਆਂ ਵਾਲੀ ਗੇਮ ਖੇਡੋਗੇ ਜਾਂ ਇਸ ਪਾਸੇ ਜਾਣਾ ਨਹੀਂ ਜਾਣਾ? ਹਾਂਜੀ, ਪਿੰਡ ਵਾਲੇ ਕਹਿੰਦੇ ਹੁੰਦੇ ਸੀਗੇ, ਮਤਲਬ ਡੈਡੀ ਨੂੰ ਕਹਿੰਦੇ ਹੁੰਦੇ ਸੀ, ਬਟ ਉਹ ਫਿਰ ਵੀ ਮੈਨੂੰ ਲੈ ਕੇ ਆਏ, ਉਹਨਾਂ ਨੇ ਲੋਕਾਂ ਦੀਆਂ ਗੱਲਾਂ ਹੀ ਨਹੀਂ ਮੰਨੀਆਂ ਅਤੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਹੁਣ ਸਿਲੈਕਸ਼ਨ ਦੀ ਗੱਲ ਕਰ ਲੈਂਦੇ ਆਪਾਂ, ਕਿੱਥੇ ਹੁਣ ਤੁਹਾਡੀ ਸਿਲੈਕਸ਼ਨ ਹੋਈ ਹੈ? ਦੱਸਿਆ ਜਾ ਰਿਹਾ ਕਿ ਕਾਫੀ ਟਫ ਕੰਪੀਟੀਸ਼ਨ ਰਿਹਾ ਹੈ, ਹੁਣ ਸਿਲੈਕਸ਼ਨ ਹੋਈ ਹੈ, ਇਸ ਤੋਂ ਬਾਅਦ ਅਗਲਾ ਕੀ ਸਟੈਪ ਰਹੇਗਾ? ਹਾਂਜੀ, ਸਾਡਾ ਕੈਂਪ ਜਲੰਧਰ ਲੱਗਿਆ ਸੀ, ਜਿੱਥੇ 27 ਕੁੜੀਆਂ ਸੀ U19 ਦੀਆਂ, ਜਿਹਦੇ ਵਿੱਚੋਂ 15 ਕੁੜੀਆਂ ਦੀ ਅੱਗੇ ਸਿਲੈਕਸ਼ਨ ਹੋਈ ਹੈ। ਪੰਜਾਬ ਟੀਮ ਬਣ ਕੇ ਅਸੀਂ ਅਸਾਮ ਗੁਹਾਟੀ ਵਿੱਚ ਖੇਡਣ ਜਾ ਰਹੇ ਹਾਂ। ਇਹ PCA ਦੇ ਅੰਡਰ ਹੋਈ ਹੈ ਸਿਲੈਕਸ਼ਨ ਸਰ। PCA ਦੇ ਅੰਡਰ ਸਿਲੈਕਸ਼ਨ ਹੋਈ ਹੈ, ਜੋ ਚੈਨ ਕਰਤਾ ਜਿਹਨੂੰ ਜੇ ਇਸਨੂੰ ਸਿਲੈਕਟ ਕਰਦੇ ਨੇ ਉਹ BCCI ਦੇ ਲੋਕ ਹੁੰਦੇ ਨੇ? ਹਾਂਜੀ ਹਾਂਜੀ, ਇਹ PCA ਦੇ ਅੰਡਰ ਆ ਜਾਂਦੀ ਹੈ, BCCI ਬਾਅਦ ਵਿੱਚ ਇੰਡੀਆ ਟੀਮ ਰੀਪ੍ਰਜੈਂਟ ਕਰਦੀ। ਹਾਂਜੀ ਸਰ, ਸਭ ਤੋਂ ਪਹਿਲੇ ਤੁਹਾਨੂੰ ਮੁਬਾਰਕਾਂ, ਬੇਟੀ ਦਾ ਇੱਕ ਸੁਪਨਾ ਪੂਰਾ ਕਰਨ ਜਾ ਰਹੀ ਹੈ, ਕੀ ਕੁਛ ਉਮੀਦਾਂ ਨੇ ਬੇਟੀ ਦੀਆਂ? ਉਮੀਦਾਂ ਬੇਟੀ ਤੋਂ ਬਹੁਤ ਆ ਜੀ, ਕਿਉਂਕਿ ਉਮੀਦਾਂ ਲੈ ਕੇ ਅਸੀਂ ਪਿੰਡ ਤੋਂ ਸ਼ਹਿਰ ਤੱਕ ਆਏ ਹਾਂ। ਸੋਚਿਆ ਸੀ ਕਿ ਬੇਟੀ ਖੇਡੇ, ਪੰਜਾਬ ਦਾ ਨਾਂ, ਜ਼ਿਲ੍ਹੇ ਦਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇ, ਇਹ ਉਮੀਦਾਂ ਲੈ ਕੇ ਅਸੀਂ ਫਰੀਦਕੋਟ ਪਹੁੰਚੇ ਹਾਂ। ਫਰੀਦਕੋਟ ਪਹੁੰਚਣ 'ਤੇ ਸਾਨੂੰ ਸਰਦਾਰ ਜਗਰਾਜ ਸਿੰਘ ਮਾਨ ਜੋ ਕੋਚ ਆ, ਉਹਨਾਂ ਦਾ ਬਹੁਤ ਸਹਿਯੋਗ ਮਿਲਿਆ। ਉਹਨਾਂ ਨੇ ਬੱਚੀ ਨੂੰ ਤਰਾਸ਼ ਕੇ ਇੱਥੋਂ ਤੱਕ ਪਹੁੰਚਾਇਆ। ਉਸ ਤੋਂ ਬਾਅਦ ਸਹਿਯੋਗ ਸਰਦਾਰ ਤਨਜਿੰਦਰ ਸਿੰਘ ਮੌੜ, ਜਿਨ੍ਹਾਂ ਦੀ ਅਸੀਂ ਅਕੈਡਮੀ ਦੇ ਵਿੱਚ ਬੱਚੀ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਅਤੇ ਅੱਗੇ ਵਧਣ ਦਾ ਮੌਕਾ। ਉਸ ਤੋਂ ਬਾਅਦ ਸਰਦਾਰ ਡਾਕਟਰ AG ਬਾਵਾ ਜੀ, ਜੋ ਸੈਕਟਰੀ ਨੇ PCA ਦੇ, ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ। ਮੈਂ ਚਾਹੁੰਦਾ ਕਿ ਬੇਟੀਆਂ ਨੂੰ ਹਰ ਪੱਖੋਂ ਅੱਗੇ ਲਿਆਂਦਾ ਜਾਵੇ ਅਤੇ ਮੁੰਡਿਆਂ ਨਾਲੋਂ ਘੱਟ ਨਾ ਸਮਝਿਆ ਜਾਵੇ, ਤਾਂ ਕਿ ਬੱਚੀਆਂ ਆਪਣਾ ਜੋ ਦਿਲ ਦੀਆਂ ਖੁਆਇਸ਼ਾਂ ਨੇ ਉਹ ਪੂਰੀਆਂ ਕਰ ਸਕਣ। ਤਾਂ ਜਿਸ ਵਕਤ ਦੱਸਿਆ ਜਾ ਰਿਹਾ, ਜਿਸ ਤਰੀਕੇ ਪਿੰਡ ਵਿੱਚ ਲੋਕ ਕਹਿੰਦੇ ਵੀ ਸੀਗੇ ਜਿਵੇਂ ਕਿ ਬੇਟੀ ਹੈ, ਜਿਵੇਂ ਸੋਚ ਹੁੰਦੀ ਹੈ ਵੀ ਬੇਟੀ ਹੈ ਅੱਗੇ ਉੱਤੋਂ ਗੇਮ ਕ੍ਰਿਕਟ ਦਵਾ ਰਹੇ ਹੋ, ਤਾਂ ਲੋਕਾਂ ਦਾ ਸਾਹਮਣਾ ਕਿਸ ਤਰੀਕੇ ਲੱਗੇ, ਕੀ ਮਨ ਵਿੱਚ ਕੀ ਸੀਗਾ ਉਸ ਵਕਤ? ਨਹੀਂ, ਪਿੰਡਾਂ ਦੇ ਵਿੱਚ ਤਾਂ ਸਰ ਮਾਹੌਲ ਇਹੀ ਹੁੰਦਾ ਕਿ ਬੇਟੀ ਨੂੰ ਨਾ ਬਾਹਰ ਲਿਜਾਇਆ ਜਾਵੇ, ਪਰ ਅਸੀਂ ਉਸ ਤੋਂ ਵੱਖ ਸੋਚਿਆ, ਕਿਉਂਕਿ ਸਾਡੇ ਘਰ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਸੀਗਾ, ਇਹਨਾਂ ਦੇ ਚਾਚਾ ਜੀ ਵੀ ਕ੍ਰਿਕਟ ਖੇਡਦੇ ਸੀਗੇ, ਉੱਥੋਂ ਇਹਨਾਂ ਨੂੰ ਸ਼ੌਂਕ ਵੱਜਾ ਗਿਆ। ਬਾਕੀ ਸਾਡੇ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ, ਮੇਰੇ ਪਿਤਾ ਜੀ ਨੇ, ਮਾਤਾ ਜੀ ਨੇ, ਜੋ ਮੇਰੇ ਬ੍ਰਦਰ ਆ, ਸਾਰੀ ਸਾਡੀ ਜੁਆਇੰਟ ਫੈਮਿਲੀ, ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਅਸੀਂ ਨਾ ਕਿ ਲੋਕਾਂ ਦੀ ਪਰਵਾਹ ਕਰਦੇ ਹੋਏ ਬੱਚੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਹੁਣ ਸਾਥ ਕਿਸ ਤਰੀਕੇ ਨਾਲ ਦੇ ਰਹੇ ਹੋ? ਦੱਸ ਰਹੇ ਹੋ ਕਿ ਤੁਸੀਂ ਇਹਨਾਂ ਦਾ ਸਾਥ ਦੇ ਰਹੇ ਹੋ, ਇੱਥੇ ਘਰ ਪਰਿਵਾਰ ਛੱਡ ਕੇ ਇੱਥੇ ਬੱਚੀ ਵਾਸਤੇ ਸਪੈਸ਼ਲ ਰੁਕੇ ਹੋਏ? ਹਾਂਜੀ, ਬੱਚੀ ਵਾਸਤੇ ਰੁਕੇ ਹਾਂ ਜੀ, ਕਿਉਂਕਿ ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਬ੍ਰਦਰ ਆ ਜੋ ਛੋਟੇ, ਉਹ ਪਿੰਡ ਖੇਤੀ ਕਰਦੇ ਆ। ਮੈਂ ਇੱਥੇ ਬੱਚਿਆਂ ਦੀ ਪੜ੍ਹਾਈ ਅਤੇ ਗੇਮਾਂ ਦੇ ਵਾਸਤੇ ਪੂਰਾ ਸਹਿਯੋਗ ਦੇ ਰਿਹਾ ਅਤੇ ਹਰ ਦਿਨ ਰਾਤ ਇਹਨਾਂ ਦੇ ਨਾਲ ਹਾਂ, ਮੈਂ ਪੂਰੀ ਮਿਹਨਤ ਕਰ ਰਹੀ ਹੈ ਬੱਚੀ ਦੇ ਨਾਲ, ਮੈਂ ਪੂਰਾ ਸਹਿਯੋਗ ਦੇ ਰਿਹਾ। ਤਾਂ ਇਸ ਬੇਟੀ ਨੂੰ ਤਰਾਸ਼ਣ ਦੇ ਲਈ ਜਿਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ, ਕੋਚ ਸਾਹਿਬ ਸਾਡੇ ਮੌਜੂਦ ਨੇ, ਯੁਵਰਾਜ ਜੀ। ਯੁਵਰਾਜ ਜੀ, ਜਸ਼ਨਪ੍ਰੀਤ ਬਾਰੇ ਜਾਣਨਾ ਚਾਹਾਂਗੇ, ਜਿਸ ਵਕਤ ਸਿਲੈਕਸ਼ਨ ਹੋਈ ਹੈ ਇਹਦੀ, ਗਰਾਊਂਡ ਦੀ ਪ੍ਰੈਕਟਿਸ ਕਿਸ ਤਰੀਕੇ ਦੀ ਰਹੀ, ਜਿੰਨਾ ਚੀਜ਼ ਦਾ ਪ੍ਰਭਾਵ? ਸਰ ਜੀ, ਮੋਰਨਿੰਗ
ਆਲ ਓਵਰ ਪਰਫਾਰਮੈਂਸ ਕਿਸ ਤਰੀਕੇ ਦੀ ਰਹਿੰਦੀ, ਕਿਸ ਥਾਂ 'ਤੇ ਖੇਡਦੀ ਹੈ ਬੇਟੀ? ਆਲਰਾਊਂਡਰ ਹੈ, ਬੋਲਰ ਹੈ, ਬੈਟਸਮੈਨ? ਹਾਂਜੀ, ਇਹ ਐਜ ਏ ਫਾਸਟ ਬਾਲਰ ਹੈ ਅਤੇ ਬੈਟਸਮੈਨ ਉਹ ਓਪਨ ਕਰਦੀ ਹੈ। ਆਲਰਾਊਂਡਰ ਕੁੜੀ ਹੈ, ਬਹੁਤ ਵਧੀਆ ਫਾਸਟ ਬਾਲ ਕਰਦੀ ਹੈ, ਬੈਟਿੰਗ ਬਹੁਤ ਵਧੀਆ ਕਰਦੀ ਹੈ। ਜਿਸ ਤਰੀਕੇ ਨਾਲ ਹੁਣ ਅੱਗੇ ਵੱਧ ਰਹੀ ਹੈ, ਤੁਸੀਂ ਕਾਫੀ ਬੱਚੇ ਤੁਸੀਂ ਤਰਾਸ਼ ਕੇ ਅੱਗੇ ਭੇਜੇ ਹੈ, ਕੀ ਲੱਗਦਾ ਹੈ ਕਿੱਥੇ ਸਟੈਂਡ ਬਣਦੇ ਹੋ ਇਸ ਵਕਤ ਜਸ਼ਨਪ੍ਰੀਤ? ਇਹ ਕੁੜੀ ਜੋ ਮੈਨੂੰ ਲੱਗਦਾ ਹੈ, ਇਹ ਕੁੜੀ ਫਾਸਟ ਬਾਲਰ ਹੈ, ਬੈਟਸਮੈਨ, ਇਹ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਸ਼ਨ ਹੋਈ ਹੈ, ਇਹ ਅੱਗੇ ਜਾ ਕੇ ਇੰਡੀਆ ਟੀਮ 'ਚ ਸਿਲੈਕਸ਼ਨ ਹੋਊਗੀ, ਇਹ ਮੇਰਾ ਦਾਅਵਾ ਹੈ। ਕਿਉਂ, ਇਹਨੇ ਇੰਡੀਆ ਟੀਮ 'ਚ ਆ ਕੇ ਡਿਸਟ੍ਰਿਕਟ ਫਰੀਦਕੋਟ ਦਾ ਨਾਮ ਰੋਸ਼ਨ ਕਰਨਾ ਹੈ, ਪੰਜਾਬ ਦਾ ਨਾਮ ਰੋਸ਼ਨ ਕਰਨਾ ਹੈ, ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨਾ ਹੈ, ਅਤੇ ਆਪਣੇ ਪਿੰਡ ਦਾ, ਬਗਰਾੜੀ ਪਿੰਡ, ਚੱਖੜਾਲ ਪਿੰਡ ਦੀ ਕੁੜੀ ਹੈ, ਪਿੰਡ ਦੀ ਕੁੜੀ ਆ ਹੋ ਕੇ ਇਹ ਤੋਂ ਵੱਡਾ ਜਿਹੜਾ ਇਹਦਾ ਯੋਗਦਾਨ ਹੈਗਾ ਪੰਜਾਬ ਲਈ, ਇੰਡੀਆ ਲਈ, ਮੇਰੇ ਹਿਸਾਬ ਨਾਲ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਮਾਣ ਗੱਲ ਹੈ। ਤਾਂ ਜਿੱਥੇ ਸਕੂਲ ਇੱਕ ਪਾਸੇ ਜਸ਼ਨਪ੍ਰੀਤ ਦੀ ਪੂਰੀ ਸਹਾਇਤਾ ਕਰ ਰਿਹਾ, ਬਾਹਰ ਦੀ ਗੱਲ ਕਰੀਏ ਤਾਂ ਬਾਹਰ ਮੋੜ ਸਾਹਿਬ ਨੇ ਜੋ ਕਿ ਹਰ ਚੀਜ਼ ਦੀ ਫੈਸਿਲਿਟੀ ਇਹਨੂੰ ਦੇ ਰਹੇ ਨੇ, ਮੋੜ ਸਾਹਿਬ ਸਭ ਤੋਂ ਪਹਿਲੇ ਜਾਣਨਾ ਚਾਹਾਂਗੇ, ਬੱਚਿਆਂ ਵਾਸਤੇ ਤੁਸੀਂ ਬਹੁਤ ਉਪਰਾਲੇ ਕਰ ਰਹੇ ਹੋ, ਇਸ ਬੇਟੀ ਨੂੰ ਲੈ ਕੇ ਸੁਪਨੇ ਸੀਗੇ, ਭਰਪੂਰ ਸਾਥ ਦਿੱਤਾ ਜਾ ਰਿਹਾ, ਕੀ ਲੱਗਦਾ ਹੁਣ ਕਿਤੇ ਸੁਪਨਾ ਤੁਹਾਡਾ ਵੀ ਅਤੇ ਇਹਨਾਂ ਬੱਚਿਆਂ ਦਾ ਪੂਰਾ ਹੋਣ ਵਾਲਾ? ਨਹੀਂ ਦੇਖੋ, ਮੈਂ ਤਾਂ ਇਹ ਫੈਸਿਲਿਟੀ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਜਿਹੜੀ ਨਵੀਂ ਪਨੀਰੀ ਉੱਠ ਰਹੀ ਹੈ ਨਾ, ਉਹਦੇ ਲਈ ਮੈਂ ਬਣਾਈ ਸੀ ਵੀ ਛੋਟੇ ਛੋਟੇ ਬੱਚੇ ਇੱਥੇ ਪ੍ਰੈਕਟਿਸ ਕਰਨ। ਪਰ ਮੈਂ ਦੇਖਿਆ ਪਿਛਲੇ 2-3 ਸਾਲਾਂ ਤੋਂ ਇਹ ਬੇਟੀ ਖੁਦ, ਇਹਦੇ ਜਿਹੜੇ ਫਾਦਰ ਸਾਹਿਬ ਇਹਦੇ ਨਾਲ ਲੱਗ ਕੇ, ਉਹਨਾਂ ਨੇ ਬਹੁਤ ਮਿਹਨਤ ਕਰਾਈ ਇਹਨੂੰ, ਬੇਟੀ ਨੂੰ, ਅਤੇ ਉਸੇ ਸਦਕੇ ਹੀ ਅੱਜ ਇਹ ਬੇਟੀ ਸਿਲੈਕਟ ਹੋਈ ਹੈ। ਮੈਂ ਇਹਨੂੰ ਬਹੁਤ ਵਧਾਈ ਦਿੰਦਾ। ਇਹਦੇ ਕੋਚ ਸਾਹਿਬ ਜੁਗਰਾਜ ਸਿੰਘ ਮਾਨ ਜੀ, ਜਿਹੜੇ ਮੇਰੇ ਖਿਆਲ ਆਈ ਥਿੰਕ ਸੋ ਵੀ ਸਵੇਰੇ ਅਰਲੀ ਮੋਰਨਿੰਗ ਇੱਥੇ ਆ ਜਾਂਦੇ ਆ, ਸਾਰੀ ਦਿਹਾੜੀ ਇਹਨਾਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ, ਇਹਨਾਂ ਸਿਹਰਾ ਇਹਨਾਂ ਕੋਚ ਸਾਹਿਬ ਨੂੰ, ਅਤੇ ਛੋਟੇ ਇਹਨਾਂ ਦਾ ਬੇਟਾ ਜਿਹੜਾ ਨਾਲ ਕੋਚ ਸਾਹਿਬ ਦੀ ਹੈਲਪ ਕਰਾਉਂਦਾ, ਇਹ ਸਾਰੀ ਟੀਮ ਨੂੰ ਹੀ ਜਾਂਦਾ ਹੈਗਾ। ਮੈਂ ਤਾਂ ਸਿਰਫ ਆਪਣੇ, ਚਲੋ ਮੇਰੇ ਕੋਲ ਜਗ੍ਹਾ ਹੋਣ ਕਰਕੇ ਮੈਂ ਛੋਟੇ ਬੱਚਿਆਂ ਦੀ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਵੀ ਉਹਨਾਂ ਬੱਚਿਆਂ ਨੂੰ ਬਾਥਰੂਮ ਵੀ ਜਾਣਾ ਸੌਖਾ ਰਹੇ, ਉਹਨਾਂ ਬੈਠਣ ਲਈ ਵੀ ਅੱਛੀ ਜਗ੍ਹਾ ਹੋਵੇ, ਉਹਨੇ ਥੋੜ੍ਹਾ ਬਹੁਤ ਮਨੋਰੰਜਨ ਲਈ ਵੀ ਕੋਈ ਟੀ ਵੀ ਵਗੈਰਾ ਹੋਵੇ ਇੱਥੇ ਬੱਚਿਆਂ ਦੇ, ਉਸ ਕਰਕੇ ਮੈਂ ਇਹ ਚੀਜ਼ ਜਿਹੜੀ ਡਿਵੈਲਪ ਕੀਤੀ ਸੀਗੀ। ਠੀਕ ਹੈ, ਹੁਣ ਕੀ ਲੱਗਦਾ ਕਿ ਅਗਲਾ ਸੁਪਨਾ ਕੀ ਰਹੇਗਾ ਬੇਟੀ ਲਈ? ਨਹੀਂ, ਮਤਲਬ ਸੁਪਨਾ ਇੱਕ ਤਾਂ ਹੁਣ ਸਾਕਾਰ ਹੋ ਗਿਆ, ਸਟਾਰਟਿੰਗ ਸਟੈਪ ਹੋ ਗਿਆ, ਅਤੇ ਜਿਸ ਢੰਗ ਨਾਲ ਇਹ ਬੱਚੇ ਰਾਈਜ਼ ਕਰ ਰਹੇ ਆ, ਅਤੇ ਸੁਪਨਾ ਇਸ ਤਾਂ ਲੈ ਰਹੇ ਹਾਂ, ਲੜਕੀ ਜਿਹੜੀ ਬੇਟੀ ਇੰਡੀਆ 'ਚ ਜਾ ਖੇਡੂਗੀ। ਆਈ ਵਿਸ਼ ਕਰਦਾ। ਓਕੇ, ਥੈਂਕ ਯੂ। ਤਾਂ ਜਿਸ ਤਰੀਕੇ ਨਾਲ ਕਿਸਾਨ ਪਰਿਵਾਰ ਦੀ ਬੇਟੀ ਹੈ ਜਸ਼ਨਪ੍ਰੀਤ, ਅਤੇ ਇੱਕ ਗ੍ਰਾਮੀਣ ਇਲਾਕੇ ਯਾਨੀ ਕਿ ਪਿੰਡ ਤੋਂ ਉੱਠ ਕੇ ਸਾਹਮਣੇ ਆਈ ਹੈ, ਤਾਂ ਯਕੀਨਨ ਅਗਲਾ ਸੁਪਨਾ ਜੋ ਹੈ, ਅਗਲਾ ਸਟੈਪ ਜੋ ਹੈ, ਇਹਦਾ ਕਾਫੀ ਚੰਗਾ ਰਹਿਣ ਵਾਲਾ ਹੈ, ਕਿਉਂਕਿ ਜਿੱਥੇ ਸਿਲੈਕਸ਼ਨ ਇਹਨਾਂ ਦੀ ਹੋਈ ਹੈ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਟੀਮ ਇੰਡੀਆ ਦਾ ਰਸਤਾ ਬੇਹੱਦ ਨਜ਼ਦੀਕ ਹੈ, ਜਿੱਥੇ ਜਾ ਕੇ ਆਪਦੇ ਮਾਤਾ ਪਿਤਾ ਦਾ ਅਤੇ ਆਪਦੇ ਪਿੰਡ ਦਾ ਨਾਮ ਜਸ਼ਨਪ੍ਰੀਤ ਜ਼ਰੂਰ ਜੋ ਹੈ ਰੋਸ਼ਨ ਕਰੇਗੀ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।